subscribe our channel for latest updates. ਅੱਜ ਮੇਰਾ ਵਿਆਹ ਹੈ ਤੇ ਅਕਾਲੀ ਕਾਂਗਰਸੀਆਂ ਦੀ ਬੜੀ ਲੜਾਈ ਹੈ। ਸੜਕਾਂ ਜਾਮ ਨੇ, ਲੱਤਾਂ ਦੁਖਦੀਆਂ ਨੇ, ਪਰ ਮੈਂ ਵਿਆਹ ਕਰਵਾ ਕੇ ਹਟੂੰਗਾ। ਇਹ ਸ਼ਬਦ ਸੀ ਅਕਾਲੀ ਦੁਆਰਾ ਲਗਾਏ ਗਏ ਧਰਨਾ ਦੌਰਾਨ ਜਾਮ 'ਚ ਫਸੇ ਇੱਕ ਲਾੜੇ ਦੇ। ਅੱਜ ਸਾਡਾ ਹੈਗਾ ਵਿਆਹ ਤੇ ਅੱਜ ਅਕਾਲੀਆਂ ਦੀ ਤੇ ਕਾਂਗਰਸ ਦੀ ਬੜੀ ਲੜਾਈ ਚੱਲਦੀ ਪਈ ਹੈ ਤੇ ਸਾਨੂੰ ਪੈਦਲ ਹੀ ਜਾਣਾ ਪੈਂਦਾ ਪਿਆ। ਕਾਫੀ ਚਿਰ ਹੋ ਗਿਆ ਪੈਦਲ ਜਾਂਦੇ ਨੂੰ, ਕੀ ਕਰੀਏ, ਲੱਤਾਂ ਬੜੀਆਂ ਦੁੱਖ ਲੱਗ ਪਈਆਂ, ਸਾਰੇ ਮਜ਼ਾਕ ਉਡਾ ਰਹੇ ਨੇ, ਪਰ ਫਿਰ ਵੀ ਇੱਕ ਯਾਦਗਿਰੀ ਬਣਾਉਂਦੀ ਹੈ ਮੇਰੀ ਭੈਣ, ਬਾਕੀ ਆ ਸਾਰੇ ਫੈਮਿਲੀ ਮੈਂਬਰ। ਅਸਲ 'ਚ ਅੰਮ੍ਰਿਤਸਰ ਦੇ ਦਿਲਪ੍ਰੀਤ ਦਾ ਵਿਆਹ ਲੁਧਿਆਣਾ ਦੇ ਭਗਤ ਸਿੰਘ ਨਗਰ ਦੀ ਰਹਿਣ ਵਾਲੀ ਮਨਮੀਤ ਕੌਰ ਨਾਲ ਤੈਅ ਹੋਇਆ ਸੀ ਤੇ ਕੱਲ੍ਹ ਉਹਨਾਂ ਦਾ ਵਿਆਹ ਸੀ ਤੇ ਫੇਰਿਆਂ ਦਾ ਸਮਾਂ ਦੁਪਹਿਰ 12 ਵਜੇ ਦਾ ਸੀ, ਜਿਸ ਦੇ ਲਈ ਦਿਲਪ੍ਰੀਤ ਦੇ ਪਰਿਵਾਰ ਵਾਲੇ ਬੜੀ ਖੁਸ਼ੀ ਦੇ ਨਾਲ ਸਵੇਰੇ ਬਰਾਤੀਆਂ ਦੇ ਨਾਲ 8 ਵਜੇ ਅੰਮ੍ਰਿਤਸਰ ਲਈ ਨਿਕਲ ਗਏ ਸੀ। ਹਜੇ ਥੋੜੀ ਹੀ ਦੂਰ ਪਹੁੰਚੇ ਸੀ ਕਿ ਬਿਆਸ ਦੇ ਪੁਲ ਤੇ ਅਕਾਲੀਆਂ ਦੇ ਧਰਨੇ ਕਾਰਨ ਲੱਗੇ ਜਾਮ 'ਚ ਉਹਨਾਂ ਦੀ ਬੱਸ ਤੇ ਕਾਰ ਫਸ ਗਈ, ਜਿਸ ਕਾਰਨ ਪਹਿਲਾਂ ਤਾਂ ਉਹਨਾਂ ਨੇ ਥੋੜਾ ਇੰਤਜ਼ਾਰ ਕੀਤਾ ਤੇ ਫਿਰ ਬੱਸ ਤੇ ਕਾਰ ਉੱਥੇ ਹੀ ਛੱਡ ਕੇ ਜਿਸ ਕਿਸੇ ਨਾ ਕਿਸੇ ਤਰ੍ਹਾਂ ਪੈਦਲ ਆਟੋ ਤੇ ਰਿਕਸ਼ੇ ਤੇ ਬੈਠ ਕੇ ਲੁਧਿਆਣਾ ਦੇ ਕਰੀਬ ਪਹੁੰਚੇ, ਜਿੱਥੇ ਇਹ ਦੁਬਾਰਾ ਲਾਡੋਵਾਲ 'ਚ ਫਿਰ ਜਾਮ 'ਚ ਫਸ ਗਏ। ਲਾੜੇ ਦਿਲਪ੍ਰੀਤ ਨੇ ਦੱਸਿਆ ਕਿ ਸਵੇਰੇ 8 ਵਜੇ ਦੇ ਤੁਰੇ ਹੋਏ ਆ, ਪਰ ਵਿਆਹ ਵਾਲੀ ਥਾਂ ਸ਼ਾਮੀ 5 ਵਜੇ ਪਹੁੰਚੇ ਆ ਤੇ ਸਾਰੇ ਬਹੁਤ ਪਰੇਸ਼ਾਨ ਨੇ। ਜੇਕਰ ਕਿਸੇ ਨੇਤਾ ਜਾਂ ਦਲ ਨੂੰ ਕਿਸੇ ਸਰਕਾਰ ਨਾਲ ਸ਼ਿਕਾਇਤ ਹੈ ਤਾਂ ਉਹਨਾਂ ਦੇ ਘਰ ਦੇ ਬਾਹਰ ਧਰਨਾ ਲਗਾਉਣ, ਐਵੇਂ ਆਮ ਲੋਕਾਂ ਨੂੰ ਪਰੇਸ਼ਾਨ ਕਰਨ ਦਾ ਕੀ ਲਾਭ ਹੈ। ਮੈਰਿਜ ਤਾਂ 8 ਵਜੇ ਦਾ ਘਰੋਂ ਨਿਕਲੇ ਆ ਤੇ 11 ਵਜੇ ਦਾ ਟਾਈਮ ਦਿੱਤਾ ਸੀ ਤੇ ਅੰਮ੍ਰਿਤਸਰ ਤੋਂ ਜੀ, ਹਾਂਜੀ ਲੁਧਿਆਣੇ ਆਏ ਜੀ, ਜਲੰਧਰ ਬਾਈਪਾਸ ਬਹਾਦਰ ਨਗਰ। ਹਾਂਜੀ 8 ਵਜੇ ਦੇ ਨਿਕਲੇ ਤੇ 11 ਵਜੇ ਪਹੁੰਚਣਾ ਸੀ ਕਿ ਜਿੱਥੇ 5 ਵਜੇ ਪਹੁੰਚਦੇ ਹੋਏ, ਬਹੁਤ ਦਿੱਕਤ ਹੋਈ ਸਾਨੂੰ ਰਾਹ ਦੇ ਵਿੱਚ, ਰਸਤੇ ਵਿੱਚ ਬਹੁਤ ਤਕਲੀਫ ਹੋਈ। ਕਿ ਫੇਰਿਆਂ ਦਾ ਟਾਈਮ ਭਾਅ ਜੀ ਹੈਗਾ ਸੀ ਸਾਡਾ 12 ਵਜੇ ਦਾ ਟਾਈਮ ਸੀ ਤੇ ਹੁਣ ਸ਼ਾਮ ਨੂੰ ਫੇਰੇ ਹੋ ਰਹੇ ਹੈਗੇ। ਲੇਟ ਹੋ ਗਏ ਕੀ ਕਹਿਣਾ ਚਾਹੀਦਾ ਕਿ ਕਿਸੇ ਦੇ ਕਰਕੇ, ਇਲੈਕਸ਼ਨਾਂ ਕਰਕੇ ਕਿਸੇ ਆਮ ਬੰਦੇ ਨੂੰ ਕਿਉਂ ਇੰਨਾ ਦੋਸ਼ ਮਿਲਦਾ ਪਿਆ ਕਿ ਤਕਲੀਫ ਮਿਲਦੀ ਵੀ ਹੈ ਕਿ ਕੋਈ ਬਿਮਾਰ ਹੈ, ਕਿਸੇ ਦੀ ਸ਼ਾਦੀ ਹੈ, ਕਿਸੇ ਦੇ ਕੋਈ ਪ੍ਰੋਬਲਮ ਹੈਗੀ ਹੈ, ਪਰ ਹਰ ਕਿਸੇ ਨੂੰ ਤੰਗੀ ਮਿਲਦੀ ਵੀ ਹੈ ਕਿ ਜੇ ਤੁਸੀਂ ਇਲੈਕਸ਼ਨ ਹੈਗੀ ਕਿਸੇ ਡਿਪਟੀ ਮੇਅਰ ਜਾਂ ਕਿਸੇ ਅੱਗੇ ਮੇਨ ਅੱਗੇ ਜਾ ਕੇ ਤੁਸੀਂ ਹੜਤਾਲ ਕਰੋ, ਤੁਸੀਂ ਗਰੀਬ ਬੰਦੇ ਨੂੰ ਕਿਉਂ ਤੁਸੀਂ ਸਤਾਰੇ ਜਾਂ ਕੁਛ ਕਰ ਰਹੇ ਹੋ ਤੰਗ ਕਰ ਰਹੇ। ਹਾਂਜੀ ਉਹਦੇ ਅੱਗੇ ਹੜਤਾਲ, ਸਾਡੀ ਬੱਸ ਰੁਕੀ ਪਈ ਹੈ, ਸਿਰਫ ਸਾਡੀ ਕਾਰ ਆਈ ਹੈ, ਗੋਂਦਵਾਲ ਲੱਗ ਕੇ ਸਾਡੀ ਬੱਸ ਰੁਕੀ ਹੈ। ਲਾੜੇ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਦੇ ਦਿਲ ਵਿੱਚ ਆਪਣੇ ਪੁੱਤਰ ਦੇ ਵਿਆਹ ਨੂੰ ਲੈ ਕੇ ਲੱਖਾਂ ਚਾਹ ਸੀ, ਪਰ ਇਹ ਚਾਹ ਇਹਨਾਂ ਨੇਤਾਵਾਂ ਦੀ ਰਾਜਨੀਤੀ ਦੀ ਭੇਂਟ ਚੜ ਗਏ। ਚਾਹ ਬੜੇ ਵਧੀਆ ਕਰਨੀ ਸੀ, ਬਹੁਤ ਲੇਟ ਹੋ ਗਈ, ਸਵੇਰੇ 8 ਵਜੇ ਆਏ ਆ, ਆਉਣਾ ਸੀ ਤੇ ਤੁਰੇ ਆ ਤੇ 12 ਵਜੇ ਪਹੁੰਚਣਾ ਸੀ। ਬੈਂਡ ਵਜੇ ਉੱਦਾਂ ਹੀ ਸਾਡੇ ਗਏ ਨੇ, ਨਾ ਮੁੰਡਾ ਘੋੜੀ ਚੜਿਆ ਨਾ ਕੁਛ, ਕਿਸੇ ਗੱਲ ਦਾ ਬੇਟੇ ਚਾਹ ਪੂਰੀ ਨਹੀਂ ਕਰ, ਚਾਹ ਪੂਰੀ ਨਹੀਂ ਕਰਨੇ, ਹੜਤਾਲਾਂ ਕਰਕੇ ਜੀ ਇਹਨਾਂ ਨੇ ਸਾਨੂੰ ਕੀਤਾ ਖਰਾਬ। ਮੈਸੇਜ ਆਹੀ ਮਹਾਰਾਜ, ਜੋ ਵੀ ਅੱਗੇ ਤੋਂ ਮਿਲ ਗਈ ਇਹਨਾਂ ਨੂੰ ਖਿਆਲ ਕਰਨਾ ਚਾਹੀਦਾ, ਖਿਆਲ ਕਰਨਾ ਚਾਹੀਦਾ, ਕੋਈ ਬਿਮਾਰ ਹੈ, ਕੋਈ ਕਿੱਦਾਂ ਹੈ, ਕੋਈ ਕੀ ਗੱਲਬਾਤ ਨੇ। ਮਨਪ੍ਰੀਤ ਕੌਰ ਨੇ ਦੱਸਿਆ ਕਿ ਉਹ ਸਵੇਰ ਤੋਂ ਬਰਾਤ ਦਾ ਇੰਤਜ਼ਾਰ ਕਰ ਰਹੇ ਨੇ, ਜਿਸ ਨਾਲ ਉਹਨਾਂ ਨੂੰ ਅਨੇਕਾਂ ਦਿੱਕਤਾਂ ਹੋਈਆਂ ਤੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਹਨਾਂ ਨੂੰ ਸਾਰਾ ਇੰਤਜ਼ਾਮ ਦੁਬਾਰਾ ਕਰਨਾ ਪਿਆ, ਬਰਾਤ ਹਜੇ ਵੀ ਰਸਤੇ 'ਚ ਹੈ। ਹਨੇਰਾ ਹੋ ਗਿਆ, ਸਭ ਤਿਆਰੀਆਂ ਕੀਤੀਆਂ ਹੋਈਆਂ ਸੀਗੀਆਂ ਤੇ ਹੁਣ ਫਿਰ ਕਰਨੀਆਂ ਪਈਆਂ ਤਿਆਰੀਆਂ ਸਾਨੂੰ। ਗਰੀਬਾਂ ਦਾ ਬਰਾਤ ਰਾਈ ਦਾ ਟੈਂਸਰ ਭੇਜਣੀਆਂ ਚਾਹੀਦੀਆਂ ਨਾ, ਮੁੰਡਿਆਂ ਦਾ ਸਾਡੇ ਕੁੜੀ ਵਾਲੇ ਦਾ ਬਹੁਤ ਔਖਾ ਹੋ ਜਾਂਦਾ ਵਾ, ਸਭ ਕੁਛ ਇੰਤਜ਼ਾਮ ਕੀਤਾ ਜਿਸ ਕਰਕੇ ਹੁਣ ਲੰਚ ਵਾਲੇ ਵੀ, ਹਲਵਾਈ ਵਗੈਰਾ ਵੀ ਸਾਰੇ ਆਪਣਾ ਸਮਾਨ ਲੈ ਕੇ ਉੱਠ ਚਲੇ ਗਏ ਆ, ਹੁਣ ਅਸੀਂ ਕੀ ਕਰ ਸਕਦੇ ਹਾਂ, ਠੀਕ ਆ ਨਾ। ਬਸ ਮੈਂ ਇਹੀ ਕਹਿਣਾ ਚਾਹਾਂਗੀ, ਬ੍ਰਾਈਡਲ ਕੇ ਸਾਨੂੰ ਸਭ ਕੁਛ ਦੁਬਾਰਾ ਅਰੇਂਜਮੈਂਟ ਕਰਨਾ ਪਿਆ ਵਾ, ਚਾਹ ਪਾਣੀ ਦਾ ਸਾਰਾ ਕੁਛ ਦੁਬਾਰਾ, ਬਸ ਹੁਣ ਸਭ ਕੁਛ ਚਾਹ ਪਾਣੀ ਦਾ ਬਹੁਤ ਔਖਾ ਹੋ ਚੁੱਕਿਆ ਹੈ ਅੱਜ ਦੀ ਦਿਹਾੜੀ ਦਾ, ਬੇਸ਼ੱਕ ਲਾੜਾ ਇਸ ਬਿਨ ਬੁਲਾਈ ਮਹਿਮਾਨ ਰੂਪੀ ਮੁਸੀਬਤ ਨੂੰ ਆਪਣੀ ਕਿਸਮਤ ਮੰਨ ਕੇ ਰਸਤੇ 'ਚ ਪੈਦਲ ਮਾਰਚ ਕਰਦਾ ਰਿਹਾ ਤੇ ਆਪਣੀ ਯਾਦਗਿਰੀ ਦੇ ਰੂਪ ਵਿੱਚ ਵੀਡੀਓ ਬਣਾਉਂਦਾ ਰਿਹਾ। ਇਸ ਪੂਰੇ ਸਮੇਂ ਦੇ ਦੌਰਾਨ ਲਾੜਾ ਧਰਨਾ ਪਾਰਟੀ ਅਕਾਲੀ ਦਲ ਨੂੰ ਮਨ ਹੀ ਮਨ ਦੇ ਵਿੱਚ ਕੋਸਦਾ ਰਿਹਾ। ਲੁਧਿਆਣਾ ਤੋਂ ਅਨੁਪਮ ਮਹਿੰਦਰੂ ਦੀ ਰਿਪੋਰਟ, ਚੈਨਲ ਪੰਜਾਬ ਨਿਊਜ਼।